ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਾਰਿਆਂ ਦਾ? ਮੈਂ ਤੁਹਾਡਾ ਆਪਣਾ ਪੰਜਾਬੀ ਲੋਕਲ ਕੁਵੈਤ, ਅਤੇ ਕਾਫੀ ਦਿਨਾਂ ਤੋਂ ਮੈਸੇਜ ਆ ਰਹੇ ਸੀ ਕਿ ਵੀਰੇ ਸਿਵਲ ਆਈ ਡੀ ਉੱਤੇ ਵੀਡੀਓ ਬਣਾਓ, ਅਤੇ ਕੁਵੈਤ ਦੀ ਸਿਵਲ ਆਈ ਡੀ ਜਿਹਨੂੰ ਪਤਾਕਾ ਕਾਰਡ ਕਿਹਾ ਜਾਂਦਾ ਉਹਦੇ ਉੱਤੇ ਅੱਜ ਆਪਾਂ ਵੀਡੀਓ ਬਣਾਵਾਂਗੇ, ਅਤੇ ਉਹ ਕਿਸ ਤਰੀਕੇ ਨਾਲ ਚੈੱਕ ਕੀਤੀ ਜਾਂਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਚੈੱਕ ਕਰ ਸਕਦੇ ਆ। ਨੰਬਰ 2, ਜੋ ਨਵੀਂ ਕੁਵੈਤ ਦੀ ਅਪਡੇਟ ਆਈ ਆ ਕਿ ਜਿਹੜੀ ਪਹਿਲਾਂ ਸਿਵਲ ਆਈ ਡੀ ਜਿਵੇਂ ਕਿ ਤੁਹਾਡੇ ਵੀਜ਼ਾ ਲੱਗਦਾ ਸੀ ਪਾਸਪੋਰਟ ਉੱਤੇ, ਉਹ ਤੁਹਾਡੇ ਹੁਣ ਪਾਸਪੋਰਟ 'ਤੇ ਸਟੰਪ ਨਹੀਂ ਲੱਗੇਗੀ, ਉਹ ਤੁਹਾਡਾ ਸਾਰਾ ਸਿਵਲ ਆਈ ਡੀ ਉੱਤੇ ਹੀ ਅਡਜਸਟਮੈਂਟ ਕੀਤੀ ਜਾਵੇਗੀ। ਉੱਤੇ ਸਟੰਪ ਜੋ ਕੁਛ ਕਰਨਾ ਉਹਨਾਂ ਨੇ, ਗੌਰਮੈਂਟ ਨੇ, ਉਹਦੇ ਉੱਤੇ ਸਾਰਾ ਅਡਜਸਟਮੈਂਟ ਕਰ ਦਿੱਤਾ ਜਾਵੇਗਾ। ਤੁਹਾਡੇ ਪਾਸਪੋਰਟ ਦੇ ਉੱਤੇ ਕਿਸੇ ਤਰ੍ਹਾਂ ਦੀ ਵੀਜ਼ੇ ਦੀ ਸਟੰਪ ਨਹੀਂ ਲੱਗੇਗੀ। ਅਤੇ ਅੱਜ ਦੀ ਵੀਡੀਓ ਆਪਾਂ ਸਿਰਫ ਸਿਵਲ ਆਈ ਡੀ ਕਿਸ ਤਰ੍ਹਾਂ ਚੈੱਕ ਕੀਤਾ ਜਾਂਦਾ, ਅਤੇ ਮੈਂ ਤੁਹਾਨੂੰ ਆਪਣੇ ਫੋਨ 'ਤੇ ਲੈ ਜਾਂਦਾ, ਫੋਨ ਦੇ ਉੱਤੇ ਸਕਰੀਨ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਆਪਣਾ ਸਿਵਲ ਆਈ ਡੀ ਚੈੱਕ ਕੀਤਾ ਜਾਂਦਾ। ਅਤੇ ਆ ਜਾਓ ਆਪਾਂ ਦੇਖਦੇ ਹਾਂ ਫੋਨ ਦੀ ਸਕਰੀਨ 'ਤੇ। ਅਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦਾ ਖੋਲ੍ਹਾਂਗੇ ਗੂਗਲ। ਗੂਗਲ ਖੋਲ੍ਹਣ ਤੋਂ ਬਾਅਦ ਆਪਾਂ ਲਿਖਾਂਗੇ ਕੁਵੈਤ ਸਿਵਲ ਆਈ ਡੀ, ਅਤੇ ਫਸਟ ਨੰਬਰ ਵਾਲੇ 'ਤੇ ਆਪਾਂ ਕਰਾਂਗੇ ਓਕੇ। ਜਦੋਂ ਕਲਿੱਕ ਕਰੋਗੇ ਪਹਿਲਾਂ ਲਿਖਿਆ ਅਬਾਊਟ ਸਿਵਲ ਆਈ ਡੀ ਸਟੇਟਸ, ਇਸ ਸਾਈਡ ਨੂੰ ਆਪਾਂ ਫਸਟ ਨੰਬਰ ਵਾਲੀ ਨੂੰ ਹੀ ਓਕੇ ਕਰਨਾ। ਓਕੇ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ ਖੁੱਲ੍ਹ ਕੇ ਆਏਗਾ, ਕੁਵੈਤ ਗੌਰਮੈਂਟ ਔਨਲਾਈਨ ਸਟੇਟ ਆਫ ਕੁਵੈਤ, ਅਤੇ ਉੱਪਰ ਟਾਈਮ ਵੀ ਦਿੱਤਾ ਜਾਏਗਾ ਔਨਲਾਈਨ ਨਾਲ 15/2019, ਜੋ ਕਿਉਂਕਿ ਅੱਜ ਦੀ ਵੀਡੀਓ ਮੈਂ ਬਣਾ ਰਿਹਾ 15 ਤਰੀਕ ਨੂੰ, ਅਤੇ 15 ਤਰੀਕ ਹੀ ਸ਼ੋਅ ਕਰੇਗਾ। ਅਤੇ ਤੁਸੀਂ ਨੀਚੇ ਦਿੱਤਾ ਹੋਇਆ ਸਿਵਲ ਆਈ ਡੀ, ਇਹਦੇ ਵਿੱਚ ਤੁਸੀਂ ਜੋ ਕੁਵੈਤ ਵਿੱਚ ਰਹਿ ਰਹੇ ਨੇ ਉਹਨਾਂ ਨੇ ਇਹਦੇ ਵਿੱਚ ਨੰਬਰ ਭਰਨਾ, ਜਿਵੇਂ ਨਵਾਂ ਵੀਜ਼ਾ ਲੱਗਦਾ ਆ ਅਸੀਂ ਚੈੱਕ ਕਰਨੀ ਹੈ ਕਿ ਸਾਡਾ ਕਿਸ ਪਤਾਕਾ ਸਾਡਾ ਕਿਸ ਮਸ਼ੀਨ ਵਿੱਚ ਪਿਆ, ਉਹ ਤੁਸੀਂ ਇਹਦੇ ਵਿੱਚ ਆਪਣਾ ਸਿਵਲ ਆਈ ਡੀ ਦਾ ਨੰਬਰ ਭਰ ਕੇ ਇਨਕੁਆਇਰੀ 'ਤੇ ਕਰੋਗੇ ਕਲਿੱਕ, ਅਤੇ ਉਹਦੇ ਵਿੱਚ ਦੱਸਿਆ ਜਾਏਗਾ ਕਿ ਇਸ ਮਸ਼ੀਨ ਦੇ ਵਿੱਚ ਤੁਹਾਡਾ ਸਿਵਲ ਆਈ ਡੀ ਪਿਆ ਅਤੇ ਕਿੰਨੇ ਦੇਰ ਲਈ ਤੁਹਾਡਾ ਵੀਜ਼ਾ ਲੱਗਾ ਆ, ਔਰ ਜੋ ਵੀ ਸਿਵਲ ਆਈ ਡੀ ਦੇ ਉੱਤੇ ਜੋ ਵੀ ਜਿਸ ਤਰ੍ਹਾਂ ਦਾ ਤੁਸੀਂ ਚੈੱਕ ਕਰਨਾ ਚਾਹੁੰਦੇ ਆ, ਜੋ ਵੀ ਪ੍ਰੋਬਲਮ ਵਗੈਰਾ ਜੋ ਵੀ ਆ ਤੁਹਾਡੇ ਸਾਹਮਣੇ ਸਾਰੀ 'ਤੇ ਲਿਖ ਕੇ ਆ ਜਾਏਗੀ। ਅਗਰ ਬਾਈ ਚਾਂਸ ਇਹ ਨਹੀਂ ਸ਼ੋਅ ਕਰਦਾ ਸਾਈਡ ਸਿਵਲ ਆਈ ਡੀ ਨੰਬਰ ਭਰਨ ਤੋਂ ਬਾਅਦ, ਜਾਂ ਕੋਈ ਨਹੀਂ ਚੀਜ਼ ਆ ਰਹੀ, ਤਾਂ ਨੀਚੇ ਦਿੱਤਾ ਹੋਇਆ ਨੰਬਰ 1888998988, ਇੱਥੇ ਤੁਸੀਂ ਕਾਲ ਕਰ ਸਕਦੇ ਹਾਂ ਕਸਟਮਰ ਕੇਅਰ ਨੂੰ, ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ, ਔਰ ਉਹ ਤੁਹਾਡੇ ਕੋਲ ਸਿਵਲ ਆਈ ਡੀ ਦਾ ਨੰਬਰ ਮੰਗੂਗੇ, ਜਦੋਂ ਤੁਸੀਂ ਉਹ ਸਿਵਲ ਆਈ ਡੀ ਦਾ ਨੰਬਰ ਭਰੋਗੇ ਉਹ ਦੱਸਣਗੇ ਕਿ ਕਿਸ ਮਸ਼ੀਨ ਦੇ ਵਿੱਚ ਤੁਹਾਡਾ ਸਿਵਲ ਆਈ ਡੀ ਪਿਆ ਹੋਇਆ, ਔਰ ਤੁਸੀਂ ਉਹਨਾਂ ਨਾਲ ਐਨੀ ਟਾਈਮ ਗੱਲ ਕਰ ਸਕਦੇ ਹਾਂ। ਅਤੇ ਇਹ ਕਾਫੀ ਦਿਨਾਂ ਤੋਂ ਮੈਸੇਜ ਆ ਰਹੇ ਸੀ ਕਿ ਇਹਦੇ ਉੱਤੇ ਵੀ ਇੱਕ ਵੀਡੀਓ ਬਣਨੀ ਚਾਹੀਦੀ ਹੈ ਕਿ ਸਿਵਲ ਆਈ ਡੀ ਅਸੀਂ ਫੋਨ ਤੋਂ ਜਾਂ ਔਨਲਾਈਨ ਆਪਾਂ ਇਸ ਸੋਫਟਵੇਅਰ ਤੋਂ ਚੈੱਕ ਕਰ ਸਕਦੇ ਹਾਂ। ਇਹਦੇ ਵਾਸਤੇ ਕੋਈ ਸੋਫਟਵੇਅਰ ਨਹੀਂ ਹੈਗਾ, ਤੁਸੀਂ ਇਹ ਸਾਈਟ ਆ ਕੁਵੈਤ ਸਿਵਲ ਆਈ ਡੀ 'ਤੇ ਸਰਚ ਮਾਰੋਗੇ ਗੂਗਲ ਵਿੱਚ ਜਾ ਕੇ, ਇਸ ਸਾਈਟ ਤੁਹਾਡੇ ਸਾਹਮਣੇ ਖੁੱਲ੍ਹ ਕੇ ਆ ਜਾਏਗੀ, ਅਤੇ ਤੁਸੀਂ ਆਪਣਾ ਨੰਬਰ ਵਿੱਚ ਭਰ ਕੇ ਆਸਾਨੀ ਦੇ ਨਾਲ ਦੇਖ ਸਕਦੇ ਹਾਂ ਕਿ ਕਿਸ ਮਸ਼ੀਨ ਦੇ ਵਿੱਚ ਸਾਡਾ ਸਿਵਲ ਆਈ ਡੀ ਪਿਆ ਹੋਇਆ। ਅਤੇ ਜੋ ਹੁਣ ਨਵੇਂ ਵੀਜ਼ੇ ਲੱਗਣਗੇ ਉਹ ਸਾਡੇ ਸਿਵਲ ਆਈ ਡੀ ਉੱਤੇ ਹੀ ਸਟੰਪ ਵਗੈਰਾ ਲੱਗੇਗੀ, ਸਾਡੇ ਪਾਸਪੋਰਟ 'ਤੇ ਕੋਈ ਸਟੰਪ ਨਹੀਂ ਲੱਗੇਗੀ ਜੋ ਨਵਿਆਂ ਦੇ ਵੀਜ਼ੇ ਲੱਗਣੇ ਆ। ਜੋ ਪਹਿਲੇ ਵੀਜ਼ੇ ਸੀ ਉਹ ਲੱਗੇ ਹੋਏ ਆ, ਜੋ ਨਵੇਂ ਵੀਜ਼ੇ ਲੱਗਣੇ ਆ ਉਹ ਸਾਡੇ ਹੁਣ ਸਿਵਲ ਆਈ ਡੀ ਉੱਤੇ ਹੀ ਸਟੰਪ ਲੱਗੇਗੀ, ਪਾਸਪੋਰਟ ਉੱਤੇ ਸਾਡੇ ਸਟੰਪ ਨਹੀਂ ਲੱਗੇਗੀ। ਇਹ ਛੋਟੀ ਜਿਹੀ ਵੀਡੀਓ ਸੀਗੀ, ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ। ਜੇ ਚੰਗੀ ਲੱਗੂਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ, ਐਂਡ ਚੈਨਲ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਪਲੀਜ਼ ਸਬਸਕ੍ਰਾਈਬ ਕਰ ਲਿਓ, ਨਾਲ ਬੈੱਲ ਆਈਕੋਨ ਵੀ ਪ੍ਰੈਸ ਕਰ ਲਿਓ, ਤਾਂ ਕਿ ਅਸੀਂ ਜੋ ਵੀ ਕੁਵੈਤ ਦੀ ਨਵੀਂ ਅਪਡੇਟ ਦੀ ਵੀਡੀਓ ਪਾਈਏ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਅਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਹੱਸਦੇ ਰਹੋ ਅਤੇ ਵੱਸਦੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਾਰਿਆਂ ਦਾ? ਮੈਂ ਤੁਹਾਡਾ ਆਪਣਾ ਸਾਨੂੰ ਥੱਲੇ ਲਾਉਣ ਨੂੰ ਰੱਬਾ ਇਦਾਂ ਹੀ ਦਿੰਦਾ ਰਹੀ ਤੂੰ ਦਲੇਰੀਆਂ, ਚਿੱਤ ਕਰਦਾ ਜ਼ਮਾਨਾ ਪਿੱਛੇ ਲਾਉਣ ਨੂੰ।